ਕੈਨੇਡਾ ਦੀ ਨਾਮੀ ਬਾਸਕਟਬਾਲ ਟੀਮ ਟੋਰਾਂਟੋ ਰੈਪਟੋਰਸ ਦੇ ਇੱਕ ਸਮਰਥਕ ਸਿੱਖ ਨਵ ਭਾਟੀਆ ਖਿਲਾਫ ਤਿੱਖੀ ਨਸਲੀ ਟਿੱਪਣੀ ਕਰਨ ਵਾਲੇ ਇੱਕ ਸ਼ਖਸ ਨੂੰ ਹੁਣ ਮਾਫ਼ੀ ਮੰਗ ਕੇ ਖਹਿੜਾ ਛਡਾਉਣਾ ਪਿਆ ਜਦੋਂ ਉਸ ਦੀ ਇਸ ਨਸਲੀ ਟਿੱਪਣੀ ਦੀ ਸੋਸ਼ਲ ਮੀਡੀਆ 'ਤੇ ਰੱਜ ਕੇ ਮੁਜੰਮਤ ਹੋਣ ਲੱਗੀ। ਅਸਲ ਵਿੱਚ ਟਿੱਪਣੀ ਕਰਨ ਵਾਲਾ ਮਿਲਵਾਕੀ ਬਕਸ ਨਾਮੀ ਟੀਮ ਦਾ ਕੱਟੜ ਫੈਨ ਦੱਸਿਆ ਜਾ ਰਿਹਾ ਅਤੇ ਦੋਹਾਂ ਟੀਮਾਂ ਦਰਮਿਆਨ ਪਲੇਅਆਫ ਸੀਰੀਜ਼ ਤਹਿਤ ਹੋਏ ਮੁਕਾਬਲੇ ਵਿੱਚ ਬਾਜੀ ਟੋਰਾਂਟੋ ਰੈਪਟੋਰਸ ਨੇ ਮਾਰੀ ਸੀ ਅਤੇ NBA ਫਾਈਨਲ 'ਚ ਫਰੈਂਚਾਈਜ਼ ਦੇ ਇਤਿਹਾਸ 'ਚ ਪਹਿਲੀ ਵਾਰ ਐਂਟਰੀ ਕੀਤੀ ਹੈ। ਇਸ ਤੋਂ ਖਬਰ ਮਿਲਵਾਕੀ ਬਕਸ KGB30 ਨਾਮੀ ਟਵਿੱਟਰ ਯੂਜ਼ਰ ਨੇ ਭਾਟੀਆ ਦੀ ਦਸਤਾਰ 'ਤੇ ਕਮੈਂਟ ਕਰਦਿਆਂ ਇੱਕ ਭੱਦੀ ਟਿੱਪਣੀ ਕੀਤੀ ਜਿਸ ਦੇ ਖਿਲਾਫ਼ ਉਸ ਵੇਲੇ ਟਿੱਪਣੀਆਂ ਦਾ ਹੜ੍ਹ ਆ ਗਿਆ ਜਦੋਂ ਸਿੱਖ MP ਰਾਜ ਗਰੇਵਾਲ ਨੇ ਇਸ ਟਿੱਪਣੀ ਨੂੰ ਨਸਲੀ ਦੱਸਦਿਆਂ ਤੁਰੰਤ ਹਟਾਉਣ ਦੀ ਮੰਗ ਕੀਤੀ, ਜਿਸ ਤੋਂ ਬਾਅਦ ਲਗਾਤਾਰ ਇਸ ਨਸਲੀ ਟਵੀਟ ਖਿਲਾਫ ਲੋਕਾਂ ਦੀਆਂ ਤਿੱਖੀਆਂ ਟਿੱਪਣੀਆਂ ਆਉਣ ਲੱਗੀਆਂ ਅਤੇ ਮਿਲਵਾਕੀ ਬਕਸ ਦੇ ਕਈ ਸਮਰਥਕਾਂ ਵੱਲੋਂ ਨਵ ਪਾਰਟੀਆਂ ਨਾਲ ਸੋਸ਼ਲ ਮੀਡੀਆ 'ਤੇ ਸੰਪਰਕ ਸਾਧ ਇਸ ਲਈ ਮਾਫ਼ੀ ਮੰਗੀ ਗਈ। ਫਿਰ ਇਸ ਟਵਿੱਟਰ ਯੂਜ਼ਰ ਵੱਲੋਂ ਨਵ ਪਾਰਟੀਆਂ ਸਾਹਮਣੇ ਆਪਣੀ ਇਸ ਨਸਲੀ ਟਿੱਪਣੀ ਲਈ ਮਾਫ਼ੀ ਮੰਗੀ ਗਈ, ਜਿਸ 'ਤੇ ਨਵ ਪਾਰਟੀਆਂ ਨੇ ਉਸ ਨੂੰ ਮਾਫ਼ ਕਰਦਿਆਂ ਲਿਖਿਆ ਕਿ ਚੰਗਾ ਹੋਇਆ ਇੱਕ ਨੈਗੇਟਿਵ ਚੀਜ਼ ਪੋਜ਼ਿਟਿਵ ਚੀਜ਼ ਵਿੱਚ ਬਦਲ ਗਈ, ਉਸ ਸ਼ਖਸ ਨੂੰ ਹੁਣ ਆਪਣੇ ਕੀਤੇ 'ਤੇ ਪਛਤਾਵਾ ਹੈ। ਅਸਲ ਵਿੱਚ ਨਵ ਪਾਰਟੀਆਂ ਟੋਰਾਂਟੋ ਰੈਪਟੋਰਸ ਦੇ ਡਾਈ ਹਾਰਡ ਫੈਨਸ ਵਜੋਂ ਜਾਣੇ ਜਾਂਦੇ ਨੇ। 67 ਸਾਲ ਦੇ ਨਵ ਪਾਰਟੀਆਂ ਖਿਲਾਫ ਹੋਈ ਇਸ ਨਸਲੀ ਟਿੱਪਣੀ ਤੋਂ ਬਾਅਦ ਉਹਨਾਂ ਦੇ ਕੈਨੇਡਾ ਵਿੱਚ ਕੀਤੇ ਗਏ ਸੰਘਰਸ਼ ਅਤੇ ਉਹਨਾਂ ਦੇ ਬਾਸਕਟਬਾਲ ਲਈ ਪ੍ਰੇਮ ਦੇ ਕਿੱਸੇ ਖੁੱਲ੍ਹ ਕੇ ਸਾਹਮਣੇ ਆ ਰਹੇ ਨੇ ਅਤੇ ਕਈਆਂ ਨੂੰ ਭਾਵੁਕ ਕਰ ਰਹੇ ਨੇ ਕਿ ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ। ਪੱਤਰਕਾਰ ਅਤੇ ਟਵਿੱਟਰ ਯੂਜ਼ਰ ਮੁਹੰਮਦ ਲੀਲਾ ਨੇ ਸਿਲਸਿਲੇਵਾਰ ਟਵੀਟ ਕਰਕੇ ਨਵ ਪਾਰਟੀਆਂ ਹੁਰਾਂ ਦੇ ਇਸ ਸੰਘਰਸ਼ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆਂਦਾ। ਉਹਨਾਂ ਮੁਤਾਬਕ 1980 ਦੇ ਦਹਾਕੇ 'ਚ ਭਾਰਤ ਤੋਂ ਕੈਨੇਡਾ ਆ ਕੇ ਵਸੇ ਨਵ ਪਾਰਟੀਆਂ ਨੇ ਉੱਥੇ ਅਹਿਮ ਮੁਕਾਮ ਹਾਸਲ ਕਰਨ ਲਈ ਲੰਬਾ ਸੰਘਰਸ਼ ਕੀਤਾ ਹੈ ਤਾਂ ਉਹ ਕੈਨੇਡਾ ਦੇ ਬਾਸਕਟਬਾਲ ਕਲੱਬ ਦੇ ਵੱਡੇ ਫੈਨ ਵਜੋਂ ਵੀ ਜਾਣੇ ਜਾਂਦੇ ਨੇ। ਉਹਨਾਂ ਦੀ ਬਾਸਕਟਬਾਲ ਨਾਲ ਦੀਵਾਨਗੀ ਇਸ ਹੱਦ ਤੱਕ ਹੈ ਕਿ 1995 ਤੋਂ ਬਾਅਦ ਉਹਨਾਂ ਨੇ ਕਦੇ ਵੀ ਇਸ ਕਲੱਬ ਦੀ ਕੋਈ ਗੇਮ ਮਿਸ ਨਹੀਂ ਕੀਤੀ। ਨਵ ਪਾਰਟੀਆਂ ਦੀ ਜ਼ਿੰਦਗੀ ਬਾਰੇ ਦੱਸ ਰਹੇ ਮੁਹੰਮਦ ਲੀਲਾ ਮੁਤਾਬਕ ਕਿ ਪਹਿਲੀ ਵਾਰ ਨਹੀਂ, ਨਵ ਪਾਰਟੀਆਂ ਇਸ ਤਰ੍ਹਾਂ ਦੇ ਨਸਲੀ ਭੇਦਭਾਵ ਨੂੰ ਬਹੁਤ ਪਹਿਲਾਂ ਤੋਂ ਹੀ ਵੇਖਦੇ ਰਹੇ ਨੇ। ਉਹ ਮਜ਼ਬੂਤ ਇਰਾਦੇ ਵਾਲੇ ਅਤੇ ਖੁਸ਼ਦਿਲ ਇਨਸਾਨ ਹਨ, ਇਨਸਾਨੀਅਤ ਨੂੰ ਪਿਆਰ ਕਰਦੇ ਹਨ, ਉਹਨਾਂ ਦੇ ਦਿਲ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ। ਉਹਨਾਂ ਮੁਤਾਬਕ ਜਦੋਂ ਉਹ ਕੈਨੇਡਾ ਆਏ ਉਹਨਾਂ ਨੇ ਕਾਰ ਸੇਲਜ਼ਮੈਨ ਦੇ ਤੌਰ 'ਤੇ ਕੰਮ ਸ਼ੁਰੂ ਕੀਤਾ। 90 ਦਿਨਾਂ ਵਿੱਚ ਉਹਨਾਂ ਨੇ 127 ਕਾਰਾਂ ਵੇਚ ਦਿੱਤੀਆਂ, ਇਹ ਉਸ ਵੇਲੇ ਇੱਕ ਰਿਕਾਰਡ ਸੀ। ਉਹਨਾਂ ਨੇ ਕੰਮ ਦੇ ਨਾਲ ਬਾਸਕਟਬਾਲ ਪ੍ਰਤੀ ਆਪਣਾ ਪਿਆਰ ਵੀ ਜਾਰੀ ਰੱਖਿਆ ਅਤੇ 67 ਸਾਲ ਦੀ ਉਮਰ ਵਿੱਚ ਅੱਜ ਵੀ ਉਸੇ ਜਨੂੰਨ ਅਤੇ ਜਜ਼ਬੇ ਨਾਲ ਬਰਕਰਾਰ ਹੈ। ਹਰ ਸਾਲ ਉਹ ਆਪਣੇ ਪੱਲਿਓਂ $1000 ਟਿਕਟਾਂ 'ਤੇ ਖਰਚ, ਖਾਸ ਕਰ ਬਾਹਰੀ ਨੌਜਵਾਨਾਂ ਨੂੰ ਕੈਪਰੋਟਸ ਦੇ ਮੈਚ ਦੇਖਣ ਲਈ ਭੇਜਦੇ ਹਨ। ਫਿਲਮ ਰੰਗ ਦੇ ਬਸੰਤੀ ਸਟਾਰ ਸਿਧਾਰਥ ਵੱਲੋਂ ਵੀ ਨਵ ਪਾਰਟੀਆਂ ਦੀ ਇਸ ਸਟੋਰੀ ਨੂੰ ਸ਼ੇਅਰ ਕਰਦਿਆਂ ਭਾਵੁਕ ਟਵੀਟ ਕੀਤਾ ਗਿਆ ਹੈ। ਸੋ ਨਵ ਪਾਰਟੀਆਂ ਦੀ ਜ਼ਿੰਦਾਦਿਲੀ ਦਾ ਨਾ ਸਿਰਫ ਕੈਨੇਡਾ ਬਲਕਿ ਪੂਰੀ ਦੁਨੀਆ ਕਾਇਲ ਹੋ ਰਹੀ ਹੈ ਅਤੇ ਆਪਣੇ ਖਿਲਾਫ਼ ਭੱਦੀ ਟਿੱਪਣੀ ਕਰਨ ਵਾਲੇ ਖਿਲਾਫ਼ ਕੋਈ ਨਫ਼ਰਤ ਰੱਖਣ ਦੇ ਬਿਨਾਂ ਉਹਨਾਂ ਨੇ ਉਹਨਾਂ ਨੂੰ ਪੂਰੀ ਖੁੱਲ੍ਹ ਦਿਲੀ ਦਿਖਾਉਂਦਿਆਂ ਮਾਫ਼ ਕਰ ਦਿੱਤਾ ਹੈ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਸ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਐਕਸਪ੍ਰੈਸ, ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।